वक्फ बोर्ड की जमीन के कब्जे नूं लैके मचिया हंगामा। पुलिस नूं नाल लेकर कब्जा लैण लई पहुंची वक्फ बोर्ड की टीम। लोगों ने किया हंगामा ते कहा पिछले 40 सालों तो इसी जगह पर ही रह रहे हाँ। पुलिस ने कहा आपां अदालती हुक्मां ते ही कार्रवाई करना आए हाँ। अमृतसर दी चवाल रोड ते वक्फ बोर्ड की जगह पर उस वेले हंगामा शुरू हो गया जब वक्फ बोर्ड की टीम पुलिस नूं नाल लेकर कब्जा लैण लई उक्त जगह पर पहुँच गई। वक्फ बोर्ड की जगह ते रहन वाले लोगों ने हंगामा शुरू करता। पत्रकारां नाल गलबात करके ये दस्या गया कि 40 साल तो लोग इसी जगह पर रह रहे हैं ते पिछली 20 साल तो वक्फ बोर्ड का कोई भी अधिकारी नहीं आया है। इस दौरान लोगों ने यह भी दस्या कि 4 लोग आए सी जिन्होंने दस्या कि वह वक्फ बोर्ड के अधिकारी हैं ते वक्फ कॉलोनी कटी जाएगी। उन्हां कोलों वड्डी रकम भी ली गई है। हालांकि पुलिस का यह दावा है कि आप अदालती हुक्मां ते ही कार्रवाई कर आए हैं। काजल हांजी की गल हुई काजल जी? देखो जी साडे घर दे विच कदी बार बार पुलिस लेके आंदे ने जित्थों तक कि सानू पता ही नहीं कि साडे उत्ते कोई केस चलदा पिया ਜਾਂ ਸਾਨੂੰ ਬੱਕਰ ਬੋਰਡ ਦੇ ਵਿੱਚ ਕੋਈ ਜਗ੍ਹਾ ਦਿੱਤੀ ਆ ਜਾਂ ਕੋਈ ਸਾਨੂੰ ਕੋਈ ਬੱਕਰ ਬੋਰਡ ਨੇ ਜਗ੍ਹਾ ਦਿੱਤੀ। ਅਸੀਂ ਤੇ ਤੇਲੀ ਤੇਲੀ ਜੋੜ ਜੋੜ ਕੇ ਆ ਜਗ੍ਹਾ ਬਣਾਈ ਆ, ਆਪਣੇ ਪੈਸੇ ਲਾਏ ਨੇ, ਆਪਾਂ ਚਾਹ ਵੇਚ ਵੇਚ ਕੇ ਦੇ ਨਾਮ ਕੇ ਆਪਣੀਆਂ ਕੰਧਾਂ ਇਕੱਠੀਆਂ ਕੀਤੀਆਂ ਵਾ ਤੇ ਹੁਣ ਇੱਕਦਮ ਕਦੀ ਕਦੀ ਕਹਿੰਦੇ ਸਾਡਾ ਘਰ ਵਿਹਲਾ ਕਰਾ ਦਾਂਗੇ, ਕਦੀ ਕਹਿੰਦੇ ਕੁਛ ਕਰ ਦਾਂਗੇ, ਕਦੀ ਤੁਸੀਂ ਸਮਾਨ ਬਾਹਰ ਕੱਢੋ, ਕਦੀ 100-100 ਪੁਲਿਸ ਲੈ ਕੇ ਆਵਾਂਗੇ ਤੇ ਕਦੀ ਸਾਨੂੰ ਧਮਕੀਆਂ ਦਿੰਦੇ ਨੇ ਸਾਨੂੰ ਇੰਨੇ ਪੈਸੇ ਦਵੋ, ਸਾਨੂੰ ਇਸ ਤਰ੍ਹਾਂ ਕਹੋ, ਅਸੀਂ ਤੁਹਾਡਾ ਮਕਾਨ ਛੱਡ ਦੇਵਾਂਗੇ। ਦੇਖੋ ਅਸੀਂ ਬੱਚੇ ਛੋਟੇ ਲੈ ਲੈ ਕੇ ਕਿੱਥੇ ਜਾਈਏ? ਦੱਸੋ ਅਸੀਂ ਤੇ ਕਹਿੰਦੇ ਕਿ ਕੁਛ ਸੋਚੋ ਇੱਧਰ ਦਾ, ਜੇ ਕੋਈ ਸਰਕਾਰ ਹੈਗੀ ਕੋਈ ਨਾ ਕੋਈ ਸਰਕਾਰ ਤੇ ਹੋਏਗੀ ਤੇ ਉਹ ਤੇ ਸੋਚੋ ਤੁਸੀਂ, ਕਮ ਸੇ ਕਮ ਸੋਚੋ ਕਿ ਇਸ ਪਰਿਵਾਰ ਦੇ ਬਾਰੇ ਅਸੀਂ ਕੀ ਕਰੀਏ। ਸਾਰੇ ਅਧਿਕਾਰ ਥਾਈ 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 ਥਾਈ, ਕਦੀ 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 ਕਿਤੇ ਪੁਲਿਸ ਆਉਂਦੀ ਹੈ, ਕਦੀ ਕਿਤੇ ਪੁਲਿਸ ਆਉਂਦੀ ਹੈ। ਹੁਣ ਦੇਖੋ ਜੀ ਬੱਕਰ ਬੋਰਡਾਂ ਨੇ ਬੋਰਡ ਵਾਲੇ ਆਹੀ ਕਹਿੰਦੇ ਨੇ ਕਿ ਅਸੀਂ ਤੁਹਾਡੀ ਜਗ੍ਹਾ ਵੇਲੀ ਅਸੀਂ 100 ਪੁਲਿਸ ਭੇਜਣ ਲੱਗੇ ਆ। ਦੇਖੋ ਜੀ ਮੈਂ ਹਾਰ ਦੀ ਪੇਸ਼ੈਂਟ ਹੈਗੀ ਆ, ਮੇਰਾ ਕੋਈ ਨਹੀਂ ਹੈਗਾ ਜੀ, ਕੋਈ ਨਹੀਂ ਹੈਗਾ। ਸਾਨੂੰ 40 ਸਾਲ ਹੋ ਗਏ ਆ, 40-45 ਸਾਲ ਹੋ ਗਏ ਆ ਜਦੋਂ ਦਾ ਮੇਰਾ ਵਿਆਹ ਵੀ ਆ, ਮੈਨੂੰ ਤੇ ਪਤਾ ਨਹੀਂ ਬੱਕਰ ਬੋਰਡ ਹੈ ਕੀ ਚੀਜ਼ ਹੈ। ਦੇਖੋ ਬਜ਼ੁਰਗ ਘਰ ਹੈਗੇ ਨੇ, ਉਹ ਹਾਰ ਦੇ ਪੇਸ਼ੈਂਟ ਹੈਗੇ ਨੇ, ਹਾਰ ਹੈਗੇ ਨੇ, ਹਾਰ ਦੇ ਪੇਸ਼ੈਂਟ ਇੱਥੇ, ਉਹਨਾਂ ਨੂੰ ਕੁਛ ਹੋ ਗਿਆ ਕੌਣ ਬਾਲੇਗਾ, ਜਾਂ ਸਾਨੂੰ ਕੁਛ ਹੋ ਗਿਆ ਕੌਣ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੈਦਰ ਬਾਬਾ ਦੀਦਾਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮੁਖੀ ਜੈਦਰ ਬਾਬਾ ਦਰਸ਼ਨ ਸਿੰਘ ਜੀ, ਝਬਾਹ ਰੋਡ ਖਜ਼ਾਨਾ ਗੇਟ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਅਸੀਂ ਜਿਹੜਾ ਆ ਇਸ ਟਾਈਮ ਜਿਹੜਾ ਆਪਣੇ ਹੈੱਡਕੁਆਟਰ 'ਤੇ ਜਿਹੜਾ ਬੈਠੇ ਹੋਏ ਆ, ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਸ਼ਹੀਦ ਭਗਤ ਸਿੰਘ ਕਲੋਨੀ ਆ ਝਬਾਹ ਰੋਡ ਦੇ ਉੱਤੇ, ਜਿੱਥੇ ਕਿ 4-4, 5-5 ਪੀੜ੍ਹੀਆਂ ਹੋ ਗਈਆਂ ਆ ਜਿਹੜੇ ਲੋਕਾਂ ਨੂੰ, ਜਿਹੜੇ ਗਰੀਬ ਲੋਕ ਨੇ ਜਿਹੜੇ ਰਹਿ ਰਹੇ ਨੇ, ਤਕਰੀਬਨ 100-125 ਸਾਲ ਤੋਂ ਜਿਹੜੇ ਲੋਕ ਰਹਿ ਰਹੇ ਨੇ, 4-4, 5-5 ਪੀੜ੍ਹੀਆਂ ਹੋ ਗਈਆਂ। ਅੱਜ ਜਿਹੜਾ ਪਤਾ ਨਹੀਂ ਕਿੱਥੋਂ ਜਿਹੜੇ ਆ ਆਪਣਾ ਵੱਖੋ ਵੋਟ ਵਾਲੇ, ਜੋ ਕਿ ਇਹਨਾਂ ਦਾ ਇਹ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀਂ ਆ ਅਤੇ ਗਰੀਬਾਂ ਨੂੰ ਤੰਗ ਕਰ ਰਹੇ ਆ, ਅਤੇ ਅੱਜ ਉਹਨਾਂ ਨੇ ਇਹ ਸੁਨੇਹਾ ਭੇਜਿਆ ਆ ਕਿ ਅੱਜ ਅਸੀਂ ਜਿਹੜੇ ਲੋਕਾਂ ਦੇ ਜਿਹੜੇ ਆ ਮਕਾਨ ਜਿਹੜੇ ਆ ਉਹ ਅਸੀਂ ਖਾਲੀ ਕਰਾਉਣੇ ਗਰੀਬਾਂ ਦੇ, ਉਹਦੇ ਰੋਸ ਵਜੋਂ ਅੱਜ ਅਸੀਂ ਸਾਰਾ ਮਹੱਲਾ ਅਤੇ ਅਸੀਂ ਇਸ ਟਾਈਮ ਇੱਥੇ ਧਰਨਾ ਲਾ ਕੇ ਝਬਾਹ ਰੋਡ ਅੰਮ੍ਰਿਤਸਰ ਵਿਖੇ ਬੈਠੇ ਹੋਏ ਹਾਂ। ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ। ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਇੱਥੇ ਜਿੰਨੇ ਵੀ ਸਾਡੇ MLA ਸਾਹਿਬਾਨ ਨੇ ਅੰਮ੍ਰਿਤਸਰ ਦੇ, ਸਾਰੇ ਇੱਥੇ ਆਉਣ, ਇੱਥੇ ਗਰੀਬ ਸਮਾਜ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ। ਸਰਕਾਰ ਤੇ ਕਹਿੰਦੀ ਗਰੀਬਾਂ ਦੀ ਰੱਖਿਆ ਕਰਦੀ, ਕੋਈ ਨਹੀਂ ਰੱਖਿਆ ਕਰ ਰਹੇ ਜੀ। ਇਹ ਗਰੀਬ ਸਮਾਜ ਤੇ ਅੱਜ ਧੱਕਾਸ਼ਾਹੀ ਹੋ ਰਹੀ ਹੈ। ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਗਰੀਬਾਂ ਦੇ ਨਾਲ ਆ, ਅਸੀਂ ਆਮ ਆ, ਪਰ ਅੱਜ ਆਮ ਲੋਕਾਂ ਦੇ ਉੱਤੇ ਜਿਹੜਾ ਆ
धक्केशाही सरकार कर रही है, वक्फ बोर्ड कर रही है, इन्हों का जो करिंदा है बिला पटवारी जिन्हों कहते हैं वह सारा कुछ करा रहा है। ये लोगों के घर घर जाते हैं जदों के लोग जड़े ने वो अपने कमां करन दे गरीब लोग जड़े ने सवेरे निकलते हैं पिछों धियां भैन कलियां होंदियां ने ये पिछों आन आन के जे धियां भैणा नूं तंग करते हैं लोगों के घर च वड़दे ने इंटरफेयर करते हैं। इस करके जड़े काम करते हैं कभी भी असी बर्दाश्त नहीं की करांगे। असी पंजाब सरकार नूं कहना चाहुंदे आ कि तुसी दे लोकां दी रक्षा करनी सी, तुसी दे बड़े बड़े वड्डे वादे कीते सी, पर अज पंजाब सरकार जिहड़ी आ वह चुप बैठी है, वह कुछ नहीं कर रही। पर वक्फ बोर्ड जिहड़ा वक्फ बोर्ड का इत्थे अधिकारी है उन्होंने एक लाया चमचा अपना जिहदा नाम बिला पटवारी है गुरबख्श नगर का रहने वाला, वह चमचागरी कर रहा है अपने आप ही लोगों नूं जिहड़ा आ कभी कह दिंदा है कि असी तुहाडे घर जिहड़े आ मल लैणे आ कभी छड्ड देणे आ अते लोकां को गरीबां को पैसे की मांग करता है कि पैसे ले भी इन्होंने कई लोगों को पैसे ले भी उस बिले पटवारी ने अते जिहड़ा वक्फ बोर्ड दियां जिहड़ियां जसूसियां करता है। मैं पंजाब सरकार नूं कहना चाहुंदा है कि इहदे उत्ते वक्फ बोर्ड दा जिहड़ा अधिकारी बिला पटवारी आ इहदे उत्ते भी परचा दर्ज करके ये जी लोग तुहानूं दस्सणगे वख-वख जिहड़े लोग ने इस भगत सिंह कलोनी दे जवाहर रोड के उत्ते जिहड़ी कलोनी आ वख-वख जिहड़े लोग ने वह आप तुहानूं दस्सणगे कि जो कि किसे को 10,000 मंगदा किसे को किन्ने मंगदा है ये तुहानूं लोग दस्सणगे। तुसीं लोगों को सवाल रखो पैसे दे दें तो कि नाम वाले छड्ड देंगे जमीन ये लो इहदा कहना है बिले पटवारी का वक्फ बोर्ड का कहना है कि सानू पैसे दिते जाण असीं तुहाडियां जमीन जां जो अपना हैगा वह छड्ड देवांगे। हाँ जी ये एक कोर्ट वालों ऑर्डर आए आ वक्फ बोर्ड की जगह से नजायज बैठे आ कब्जा किया तो ऑर्डर आए आ खाली कराने के वो कहते 40 साल तो बैठे पे सरकार। हाँ जी कोर्ट च जो केस चलता ही इन्होंने खिलाफ गया जो मसला है मैं तुम दसदा।